ਤੇਰਾ ਵੇੜਾ ਤਾਂ ਤਾਚੇ ਮਾਸੀ ਦੇ ਫੋਨ ਆਏ ਐ ਇਹਨੇ ਤਾਂ ਦੱਸੇ ਨਹੀਂ ਮੈਂ ਤੈਨੂੰ ਪੂਆ ਦੇ ਫੋਨ ਤੋਂ ਮਨਾ ਕੀਤਾ ਕਿ ਪੂਆ ਦਾ ਫੋਨ ਨਹੀਂ ਮੈਨੂੰ ਦੱਸਣਾ ਆਏ ਤੇ ਮਾਸੀ ਜੇ ਮਾਸੀ ਜੇ ਥੋੜੀ ਕਹੇ ਚਾਰਜਿੰਗ ਤੇ ਤੁਹਾਡੇ ਲਾ ਕੇ ਲਾ ਕੇ ਕੀ ਆਈਆਂ ਤੇ ਆਹ ਦੇਖਿੰਦੇ ਫੋਨ ਆਏ ਮੈਂ ਹਵੇਲਾ 10 ਮਿੰਟ ਹੋਏ ਤੁਹਾਡੇ ਮਾਮੇ ਨੂੰ ਗਿਆ 10 ਮਿੰਟ ਹੋਏ ਤੁਹਾਡੇ ਮਾਮੇ ਨੂੰ ਗਿਆ ਤੇ ਘਰ ਕਿੰਨਾ ਸੁਣਨਾ ਹੋ ਗਿਆ ਇਨਾ ਚੰਗਾ ਮੈਂ ਕਹਿੰਦੀ ਮਾਮਾ ਤੁਹਾਨੂੰ ਕਿੱਦਾਂ ਲੱਭਣਾ ਹੈ ਯਾਰ 100 ਰੁਪਈਆ ਤੁਹਾਨੂੰ ਦੋਵਾਂ ਨੂੰ 500 ਦੇ ਦੋ ਨੌਰ ਤੇਨੂੰ ਤੇ 500 ਦੇ ਦੋ ਨੌਰ ਤੇਨੂੰ ਫੜਾ ਕੇ ਗਿਆ ਤੇ ਤੇਰੀ ਭੂਆ 2100 ਰੁਪਈਆ ਵੀ ਲੈ ਜਾਂਦੀ ਤੇ ਸਿਰ ਸਵਾਹ ਵੀ ਪਾ ਕੇ ਜਾਂਦੀ ਮੈਂ ਹਾਂ ਵੇਖ ਲਓ ਮੈਂ ਹਾਂ ਕਿੱਦਾਂ ਚੰਗਾ ਹੁੰਦਾ ਮੇਰਾ ਭਰਾ ਇਟਾ ਸਾਲਾ ਤੁਹਾਨੂੰ ਚੰਗਾ ਮਿਲਣਾ ਕਿਤੇ ਆਵੇ ਕਿੰਦੀ ਸੋਹਣੀ ਮੈਂ ਕਹਿੰਦੀ ਬੂਸ਼ ਗਰਮ ਲੈ ਕੇ ਆਇਆ ਕਿ ਮੇਰਾ ਜੀਜਾ ਪਾਊਗਾ ਆ ਇਹ ਵੀ ਤਾਂ ਦੋ ਦਰਜਨ ਕੇਲੇ ਦਿੱਤੇ ਹੀ ਆ ਤੁਹਾਡੇ ਦੋ ਦਰਜਨ ਕੇਲਿਆਂ ਦਾ ਮਤਾਜ ਨਹੀਂਗਾ ਮੇਰਾ ਭਰਾ ਸਮਝਾਈ ਕਿ ਨਹੀਂ ਆਈ ਆ ਤੂੰ ਅਰਜਨ ਕੇ ਲਈ ਜਿੰਨਾ ਤੈਨੂੰ ਜਿੰਨਾ ਤੈਨੂੰ ਬੱਲ ਜੂ ਆਜੂਗੀ ਨਾ ਤੇਰੇ ਸਾਰੇ ਪਰਿਵਾਰ ਦੀ ਉਦੋਂ ਮੇਰੇ ਨਾਲ ਆ ਕੇ ਗੱਲ ਕਰੀ ਚਰਨ ਤੇ ਉਹ ਉਦੋਂ ਮੇਰੇ ਨਾਲ ਆ ਕੇ ਗੱਲ ਕਰੀ ਤੈਨੂੰ ਉਹ ਸ਼ਰੀਕ ਚੰਗੇ ਲੱਗਦੇ ਜਿਹੜੇ ਜ਼ਮੀਨ ਕਰਕੇ